ਪਵਿੱਤਰ ਆਤਮਾ ਨੂੰ ਕੋ ਪ੍ਰਭੂ ਮੈਂ ਤਿਆਰ ਆ ਤੇਰੇ ਵੱਡੇ ਕੰਮਾਂ ਦੇ ਲਈ ਜੇ ਤੁਹਾਨੂੰ ਲੱਗ ਰਿਹਾ ਕਿ ਮੇਰਾ ਵਿਸ਼ਵਾਸ ਨਾ ਵੱਡਾ ਨਹੀਂ ਹੈ ਪ੍ਰਭੂ ਨੂੰ ਕੋ ਪ੍ਰਭੂ ਮੇਰੇ ਵਿਸ਼ਵਾਸ ਦਾ ਤੂੰ ਅਪਾਉ ਕਰ ਇਲਾਜ ਕਰ ਤਾਂ ਜੋ ਜਿਹੜਾ ਤੁਹਾਡੇ ਲਈ ਸਮਾਂ ਬਣਾਇਆ ਹੈ ਪ੍ਰਭੂ ਨੇ ਇਹਦੇ ਵਿੱਚ ਤੁਸੀਂ ਆਤਮਿਕ ਤੌਰ ਦੇ ਨਾਲ ਵੱਡਾ ਲਾਭ ਉਠਾ ਸਕੋ ਵੱਡਾ ਲਾਭ ਪ੍ਰਾਪਤ ਕਰ ਸਕੋ ਖੁਦਾਵੰਦ ਦੇ ਪਵਿੱਤਰ ਆਤਮਾ ਦਾ ਐਕਸਪੀਰੀਅੰਸ ਕਰ ਸਕੋ ਕਿ ਪ੍ਰਭੂ ਕਿੱਦਾਂ ਆਪਣੇ ਲੋਕਾਂ ਨੂੰ ਛੂ ਲੈਂਦਾ ਏ ਕਿੱਦਾਂ ਆਪਣੇ ਲੋਕਾਂ ਦੇ ਲਈ ਵੱਡੇ ਕਰ ਦਿੰਦਾ ਵੱਡੇ ਕੰਮ ਚੁਟਕੀਆਂ ਦੇ ਵਿੱਚ ਕਰ ਦਿੰਦਾ ਏ ਜਦੋਂ ਮਰੀਅਮ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਇਹ ਵੱਡਾ ਕੰਮ ਕਿਵੇਂ ਹੋਵੇਗਾ ਤੇ ਸਵਰਗ ਦੂਤ ਨੇ ਸਮਝਾਇਆ ਏ ਪ੍ਰਭੂ ਦਾ ਦਾਸ ਤੁਹਾਨੂੰ ਵੀ ਸਮਝਾ ਰਿਹਾ ਏ ਸਵਰਗ ਦੂਤ ਨੇ ਸਮਝਾਇਆ ਏ ਅੱਧ ਮਹਾਨ ਦੀ ਕੁਦਰਤ ਨੇ ਤੇਰੇ ਉੱਤੇ ਛਾਇਆ ਕਰਨਾ ਏ ਫਿਰ ਤੂੰ ਵੱਡਾ ਕੰਮ ਪ੍ਰਭੂ ਦਾ ਵੇਖੇਂਗੀ ਵੱਡਾ ਕੰਮ ਤੇਰੇ ਕੁਵਾਰੇ ਕੁਵਾਰਪੁਣੇ ਦੇ ਵਸੀਲੇ ਦੇ ਨਾਲ ਤੇਰੀ ਪਵਿੱਤਰਤਾਈ ਦੇ ਵਸੀਲੇ ਦੇ ਨਾਲ ਵੱਡਾ ਕੰਮ ਪਰਮੇਸ਼ਵਰ ਤੇਰੇ ਰਾਹੀਂ ਕਰਨ ਜਾ ਰਿਹਾ ਏ ਆਮੇਨ ਅੱਜ ਉਹ ਹੀ ਪ੍ਰਭੂ ਉਹਦਾ ਪਵਿੱਤਰ ਆਤਮਾ ਤੁਹਾਨੂੰ ਵੀ ਕਹਿ ਰਿਹਾ ਏ ਕਿ ਜੇ ਤੁਸੀਂ ਪ੍ਰਭੂ ਦੇ ਕੰਮ ਦੇ ਲਈ ਤਿਆਰ ਹੋ ਜੇ ਤੁਹਾਨੂੰ ਨਹੀਂ ਸਮਝ ਲੱਗ ਰਹੀ ਤੇ ਖੁਦਾਵੰਦ ਦੇ ਪਵਿੱਤਰ ਆਤਮਾ ਦੇ ਅਭਿਸ਼ੇਕ ਨੇ ਸਭ ਕੁਝ ਕਰਨਾ ਏ ਸਭ ਕੁਝ ਕਰਨਾ ਏ ਯੈਸ ਹਾਲੇਲੂਯਾ ਪ੍ਰਭੂ ਨੂੰ ਸਮਝਦੇ ਹੋਏ ਉਹਦੀ ਆਤਮਾ ਨੂੰ ਸਮਝਦੇ ਹੋਏ ਉਹ ਪਰਮੇਸ਼ਵਰ ਜਿਹੜਾ ਸਾਨੂੰ ਕਹਿ ਰਿਹਾ ਏ ਕਿ ਮੇਰੇ ਲਈ ਕੋਈ ਕੰਮ ਔਖਾ ਨਹੀਂ ਏ ਚਾਹੇ ਸਾਰਿਆਂ ਨੇ ਕਿਹਾ ਮੈਂ ਬੁੱਢੀ ਹੋ ਗਈ ਏ ਤੇ ਕਿੱਦਾਂ ਹੋ ਸਕਦਾ ਏ ਪ੍ਰਭੂ ਕਹਿੰਦੇ ਤੂੰ ਆਪਣੀ ਕਮਜ਼ੋਰੀ ਦੀ ਗੱਲ ਕਰ ਰਹੀ ਏ ਪਰ ਮੈਂ ਤੈਨੂੰ ਆਪਣੀ ਤਾਕਤ ਦੀ ਗੱਲ ਦੱਸ ਰਿਹਾ ਏ ਕਿ ਮੇਰੇ ਲਈ ਕੋਈ ਕੰਮ ਔਖਾ ਨਹੀਂ ਹੈਗਾ ਉਹੀ ਖੁਦਾ ਸਾਡਾ ਖੁਦਾ ਏ ਮਰੀਅਮ ਦਾ ਖੁਦਾ ਸਾਡਾ ਖੁਦਾ ਏ ਜਿਹੜਾ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਪਵਿੱਤਰ ਆਤਮਾ ਦੇ ਅਭਿਸ਼ੇਕ ਦੇ ਨਾਲ ਸਭ ਕੁਝ ਕਰ ਸਕਦਾ ਏ ਪਾਕ ਰੂਹ ਦਾ ਮਸਾ ਪਾਕ ਰੂਹ ਦਾ ਮਸਾ ਵੰਡੇਗਾ ਸ਼ਿਫਾ ਮਾਰੂ ਹੈ ਪਾਕ ਦਾ ਮਸਾ ਰੱਖੇਗਾ ਇਮਾਨ ਉਹੀ ਪਾਵੇਗਾ ਸ਼ਿਫਾ ਜਿਹੜਾ ਰੱਖੇਗਾ ਇਮਾਨ ਉਹੀ ਪਾਵੇਗਾ ਸ਼ਿਫਾ ਰੱਖੇਗਾ ਇਮਾਨ ਉਹੀ ਪਾਵੇਗਾ ਜਿਹੜਾ ਰੱਖੇਗਾ ਇਮਾਨ ਉਹੀ ਪਾਵੇਗਾ ਸ਼ਿਫਾ ਜਾਣੇ ਤੁਰ ਕੇ ਉਹ ਜਿਹੜੇ ਮੰਜੀ ਤੇ ਹੋਣਗੇ ਜਾਣੇ ਤੁਰ ਕੇ ਉਹ ਜਿਹੜੇ ਜਾਣੇ ਤੁਰ ਕੇ ਉਹ ਜਿਹੜੇ ਮੰਜੀ ਉੱਤੇ ਆਉਣਗੇ ਅੱਜ ਪਾਕ ਰੂਹ
ਰੂ ਦੇ ਵੱਡੇ ਵੱਡੇ ਕੰਮ ਹੋਣਗੇ ਓ ਅੱਜ ਪਾਕ ਰੂ ਦੇ ਵੱਡੇ ਵੱਡੇ ਕੰਮ ਹੋਣਗੇ ਓ ਅੱਜ ਪਾਕ ਰੂ ਦੇ ਵੱਡੇ ਵੱਡੇ ਕੰਮ ਹੋਣਗੇ Pakru da masa, Pakru da masa, Pakru da masa.
Hallelujah. Tari po, tari po, tari po, tari po, tari po.